ਹਾਲ ਹੀ ਦੇ ਵਿੱਚ ਆਇਆ GST ਦਾ ਹੈਪੀ ਵਾਲਾ ਬਰਥਡੇ। GST ਨੂੰ ਹੋ ਗਿਆ ਜੀ ਪੂਰਾ 1 ਸਾਲ ਅਤੇ ਇਸ ਹੈਪੀ ਵਾਲੇ ਬਰਥਡੇ 'ਤੇ ਮਿਲਿਆ ਹੈ ਸਾਨੂੰ ਰਿਟਰਨ ਗਿਫਟ। ਕਈ ਚੀਜ਼ਾਂ 'ਤੇ GST ਦੇ ਰੇਟਸ ਦੇ ਵਿੱਚ ਕਮੀ ਕਰ ਦਿੱਤੀ ਗਈ ਹੈ ਕੰਮ ਧੰਦਾ ਦੇ ਵਿੱਚ। ਅੱਜ ਗੱਲ GST ਦੀ ਹੀ। ਮੈਂ ਹਾਂ ਸੁਨੀਲ ਕਟਾਰੀਆ ਅਤੇ ਅਸੀਂ ਇਹ ਵੀ ਜਾਣਾਂਗੇ ਕਿ GST ਦਰਅਸਲ ਹੈ ਕੀ। ਜਦੋਂ GST ਬਾਰੇ ਸੁਣਿਆ ਸੀ ਤਾਂ ਤੁਹਾਡੇ 'ਚੋਂ ਕਈਆਂ ਨੂੰ ਮੈਥਸ ਦੀਆਂ ਟਿਊਸ਼ਨਸ ਜ਼ਰੂਰ ਯਾਦ ਆ ਗਈਆਂ ਹੋਣਗੀਆਂ। GST ਕਾਉਂਸਲ ਨੇ ਪਿਛਲੇ ਹਫ਼ਤੇ ਹੋਈ ਆਪਣੀ ਇੱਕ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਕੀਤਾ ਅਤੇ ਸੈਨੇਟਰੀ ਨੈਪਕਿਨ ਨੂੰ GST ਦੇ ਦਾਇਰੇ ਤੋਂ ਬਾਹਰ ਕੱਢ ਦਿੱਤਾ। ਹੁਣ ਤੱਕ ਇਸ 'ਤੇ 12% GST ਲੱਗਦਾ ਸੀ। ਇਸ ਦੇ ਨਾਲ ਹੀ ਕਈ ਚੀਜ਼ਾਂ 'ਤੇ GST ਰੇਟਸ 'ਚ ਕਮੀ ਕੀਤੀ ਗਈ ਹੈ ਅਤੇ ਹੁਣ ਸਿਰਫ 35 ਉਤਪਾਦ ਹੀ ਅਜਿਹੇ ਬਚੇ ਨੇ ਜੋ ਸਭ ਤੋਂ ਵੱਧ 28% ਟੈਕਸ ਸਲੈਬ ਦੇ ਵਿੱਚ ਆਉਂਦੇ ਨੇ। 1 ਸਾਲ ਪਹਿਲਾਂ GST ਜਦੋਂ ਲਾਗੂ ਹੋਇਆ ਸੀ ਤਾਂ ਇਸ ਸਲੈਬ ਦੇ ਵਿੱਚ 226 ਉਤਪਾਦ ਸ਼ਾਮਲ ਸਨ। GST ਦੇ ਦਾਇਰੇ ਦੇ ਵਿੱਚ 1300 ਤੋਂ ਵੱਧ ਉਤਪਾਦਾਂ ਅਤੇ 500 ਤੋਂ ਵੱਧ ਸਰਵਿਸਿਜ਼ ਨੂੰ ਲਿਆਇਆ ਗਿਆ। ਇਹਨਾਂ ਨੂੰ 4 ਟੈਕਸ ਸਲੈਬਸ ਦੇ ਵਿੱਚ ਵੰਡਿਆ ਗਿਆ। GST ਦਾ ਪੂਰਾ ਨਾਂ ਗੁੱਡਸ ਐਂਡ ਸਰਵਿਸਿਜ਼ ਟੈਕਸ, ਯਾਨੀ ਕਿ ਵਸਤੂ ਅਤੇ ਸੇਵਾ ਕਰ ਹੈ। ਇਹ ਕੇਂਦਰ ਅਤੇ ਸੂਬਿਆਂ ਵੱਲੋਂ ਲਗਾਏ ਗਏ 20 ਤੋਂ ਵੱਧ ਇਨਡਾਇਰੈਕਟ ਟੈਕਸ ਦੇ ਬਦਲੇ ਲਗਾਇਆ ਗਿਆ। GST ਤਹਿਤ ਚੀਜ਼ਾਂ ਅਤੇ ਸੇਵਾਵਾਂ 'ਤੇ ਸਿਰਫ 3 ਤਰ੍ਹਾਂ ਦੇ ਟੈਕਸ ਵਸੂਲੇ ਜਾਂਦੇ ਨੇ। ਕੇਂਦਰ ਵੱਲੋਂ ਵਸੂਲਿਆ ਜਾਂਦਾ ਸੈਂਟਰਲ GST ਹੈ, ਦੂਜਾ ਸੂਬਾ ਸਰਕਾਰ ਵੱਲੋਂ ਵਸੂਲਿਆ ਜਾਂਦਾ ਸਟੇਟ GST ਹੈ, ਅਤੇ ਤੀਜਾ ਹੈ IGST, ਯਾਨੀ ਕਿ ਇੰਟੀਗ੍ਰੇਟਿਡ GST। ਇਸ ਨੂੰ ਕੇਂਦਰ ਸਰਕਾਰ ਵਸੂਲਦੀ ਹੈ ਅਤੇ ਇਸ ਨੂੰ ਦੋਵਾਂ ਸੂਬਿਆਂ ਦੇ ਵਿੱਚ ਵੰਡ ਦਿੰਦੀ ਹੈ। ਵੰਸ ਅਪੋਨ ਅ ਟਾਈਮ, ਵੈਰੀ ਵੈਰੀ ਲੌਂਗ ਟਾਈਮ ਅਗੋ, ਯਾਨੀ ਕਿ ਬਹੁਤ ਪੁਰਾਣੀ ਗੱਲ ਹੈ ਜਨਾਬ, 1954 ਦੀ ਗੱਲ ਕਰ ਰਹੇ ਸੀ ਜਦੋਂ ਫਰਾਂਸ ਨੇ ਇਸ ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ ਅਤੇ ਅੱਜ ਇਹ ਦੁਨੀਆ ਦੇ 150 ਤੋਂ ਵੱਧ ਦੇਸ਼ਾਂ ਦੇ ਵਿੱਚ ਲਾਗੂ ਹੈ। ਭਾਰਤ ਦੇ ਵਿੱਚ ਇਸ ਦੀ ਸੰਜੀਦਾ ਕੋਸ਼ਿਸ਼ 2003 ਦੇ ਵਿੱਚ ਸ਼ੁਰੂ ਹੋਈ। ਇੱਕ ਟਾਸਕ ਫੋਰਸ ਦੇ ਨਤੀਜੇ 'ਚ GST ਦਾ ਪਹਿਲਾ ਸਵਰੂਪ ਸਾਹਮਣੇ ਵੀ ਆਇਆ। ਸਾਲ 2007 ਦੇ ਬਜਟ ਦੇ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਅਪ੍ਰੈਲ 2010 ਤੋਂ GST ਲਾਗੂ ਕਰਨ ਦਾ ਐਲਾਨ ਵੀ ਕਰ ਦਿੱਤਾ ਅਤੇ ਐਮਪਾਵਰਡ ਕਮੇਟੀ ਵੀ ਬਣਾ ਦਿੱਤੀ। 2011 ਦੇ ਵਿੱਚ ਸਾਬਕਾ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ GST ਲਈ ਸੰਵਿਧਾਨ ਸੋਧ ਬਿੱਲ ਪੇਸ਼ ਕਰ ਦਿੱਤਾ। ਉਦੋਂ ਕੁਝ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਵੀ ਕੀਤਾ। 2014 ਤੱਕ GST ਬਿੱਲ 'ਤੇ ਸਹਿਮਤੀ ਨਹੀਂ ਬਣ ਸਕੀ ਅਤੇ ਬਿੱਲ ਲੈਪਸ ਹੋ ਗਿਆ। ਵਿੱਤ ਮੰਤਰੀ ਅਰੁਣ ਜੇਟਲੀ ਦੀ ਅਗਵਾਈ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਨੇ GST 'ਤੇ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤਰ੍ਹਾਂ GST ਸਾਕਾਰ ਹੋ ਸਕਿਆ। ਸੋ ਇਹ ਸੀ ਜੀ ਅੱਜ ਦਾ ਕੰਮ ਧੰਦਾ, ਜਿਸ ਵਿੱਚ ਗੱਲ ਕੀਤੀ ਅਸੀਂ GST ਬਾਰੇ। ਇਹ ਕੰਮ ਧੰਦਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ? ਇਸ ਵਿੱਚ ਕਾਰੋਬਾਰ ਅਤੇ ਫਾਈਨੈਂਸ਼ੀਅਲ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਅਤੇ ਤੁਸੀਂ ਇਸ ਐਪੀਸੋਡ ਦੇ ਵਿੱਚ, ਯਾਨੀ ਕਿ ਕੰਮ ਧੰਦਾ ਸਾਡੇ ਐਪੀਸੋਡ ਦੇ ਵਿੱਚ ਕੀ ਕੁਝ ਦੇਖਣਾ ਚਾਹੁੰਦੇ ਹੋ, ਕਿਸ ਮੁੱਦੇ ਬਾਰੇ ਡਿਸਕਸ ਕਰਨਾ ਚਾਹੁੰਦੇ ਹੋ, ਸਾਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ। ਸਾਡੇ ਫੇਸਬੁੱਕ ਪੇਜ BBC ਨਿਊਜ਼ ਪੰਜਾਬੀ ਨੂੰ ਲਾਈਕ ਫੋਲੋ ਸੀ ਫਸਟ ਕਰ ਸਕਦੇ ਹੋ, YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰ ਸਕਦੇ ਹੋ, ਟਵਿੱਟਰ 'ਤੇ ਵੀ ਹੈਗੇ ਹਾਂ ਅਸੀਂ BBC ਨਿਊਜ਼ ਪੰਜਾਬੀ ਦੇ ਨਾਮ ਤੋਂ। ਤੁਸੀਂ ਸਾਡੀ ਵੈਬਸਾਈਟ 'ਤੇ ਜ਼ਰੂਰ ਆਓ BBC.com/ਪੰਜਾਬੀ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।